ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਮਹਿਕਮੇ ਦੇ ਵਿੱਚ ਅਫਸਰ ਨੇ ਉਹਨਾਂ ਨੂੰ ਸਾਡੀਆਂ ਡੈੱਡ ਬੋਡੀਆਂ ਹੀ ਪਸੰਦ ਨੇ ਜਦੋਂ ਅਸੀਂ ਸ਼ਹੀਦ ਹੋ ਕੇ ਆਉਂਦੇ ਆ ਨਾ ਬਾਰਡਰਾਂ ਤੋਂ ਉਹ ਇਹਨਾਂ ਨੂੰ ਪਸੰਦ ਨੇ ਜਦੋਂ ਅਸੀਂ ਸੱਚੇ ਹੋ ਕੇ ਕਾਨੂੰਨ ਦਾ ਦਰਵਾਜ਼ਾ ਖੜਕਾਉਂਦੇ ਆ ਨਾ ਆਪਦਾ ਹੱਕ ਮੰਗਦੇ ਆ ਉਦੋਂ ਅਸੀਂ ਇਹਨਾਂ ਦੇ ਦੁਸ਼ਮਣ ਆ ਜਿਹੜੇ ਇਹਨਾਂ ਨੂੰ ਜੇਲ੍ਹ 'ਚ ਪਾਉਣ ਦਾ ਦਾਅਵਾ ਕਰਦੇ ਨੇ ਇਹ ਉਹਨਾਂ ਦੇ ਪੈਰੀਂ ਡੱਗਦੇ ਨੇ ਇਹ ਉਹਨਾਂ ਦੀ ਸੇਵਾ ਦੇ ਵਿੱਚ ਸਰੇਆਮ ਕਹਿਣ ਦਾ ਮਤਲਬ ਹਾਜ਼ਰ ਰਹਿੰਦੇ ਨੇ ਹੁਣ ਇੱਕ ਇੰਨਾ ਕੁਛ ਹੋਣ ਦੇ ਬਾਅਦ ਰਿਕਾਰਡ ਦੇ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਆ ਕੀ ਇਹਦੇ ਰਾਹੀਂ ਮੈਨੇ ਜਿਹੜੇ ਸਬੂਤ ਕਢਾਏ ਨੇ ਟੈਸਟਡ ਨੇ ਤਹਿਸੀਲਦਾਰ ਵੱਲੋਂ ਜੋ ਕਾਨੂੰਨ ਦਾ ਬਲਾਤਕਾਰ ਕਰਕੇ ਸਰੇਆਮ ਧਮਕੀਆਂ ਦੇ ਰਿਹਾ ਇਹ ਬੰਦੇ ਲਈ ਕੁਛ ਕਰਨਾ ਚਾਹੀਦਾ ਜੀ ਮੈਂ ਇਹ ਹਰ ਇੱਕ ਚਿੱਠੀ 'ਚ ਲਿਖਿਆ ਜਿੱਥੇ ਮੈਂ ਕਸੂਰਵਾਰ ਆ ਅਗਰ ਜਾਂਚ 'ਚ ਮੈਂ ਦੋਸ਼ੀ ਪਾਇਆ ਜਾਂਦਾ ਮੈਨੂੰ ਮੇਰੀ ਨੌਕਰੀ ਵੀ ਜਾਊਗੀ ਜੋ ਸਜ਼ਾ ਮੈਨੂੰ ਦੋਗੇ ਮੈਨੂੰ ਮਨਜ਼ੂਰ ਆ ਆਪਣੇ ਕੋਲੋਂ ਇੱਕ ਮਨਘੜਤ ਆਰਡਰ ਬਣਾ ਲਿਆ ਨਾ ਤਾਂ ਇਹਦੇ ਵਿੱਚ 31 ਮਈ ਦਾ ਜ਼ਿਕਰ ਆ ਨਾ ਇਹਦੇ ਵਿੱਚ ਉਹਦੇ ਵੱਲੋਂ ਦਿੱਤੀ ਤਰੀਕ 8 ਜੂਨ ਦਾ ਜ਼ਿਕਰ ਆ ਨਾ ਅਦਾਲਤ ਵੱਲੋਂ ਅਗਲੀ ਜਿਹੜੀ ਦਿੱਤੀ ਨਿਰਧਾਰਤ ਕੀਤੀ ਗਈ ਆ ਸੁਣਵਾਈ ਲਈ ਤਰੀਕ 3 ਅਗਸਤ ਦਾ ਕੋਈ ਜ਼ਿਕਰ ਆ ਇਹਦੇ ਵਿੱਚ ਕਹਿ ਰਹੇ ਪਿਸਟਲ ਨਾਲ ਗੋਲੀ ਮਾਰ ਦੂੰ ਤੁਹਾਨੂੰ ਠੀਕ ਆ ਤੇ ਪਿਸਟਲ ਲਈ ਆਲਰੇਡੀ ਜਿਹੜਾ ਜੋ ਅਪਲਾਈ ਕੀਤੀ ਹੋਈ ਐਪਲੀਕੇਸ਼ਨ ਮਾਨਯੋਗ ਜੋ ਇਸ ਟਾਈਮ ਡੀਸੀ ਸਾਹਿਬ ਨੇ ਉਹਨਾਂ ਦੇ ਕੋਲ ਐਸ ਐਸ ਪੀ ਸਾਹਿਬ ਨੇ ਮੈਂ ਸਰੇਆਮ ਕਹਿੰਦਾ ਕਿ ਐਸ ਐਸ ਪੀ ਸਾਹਿਬ ਉਹਨਾਂ ਨੇ ਇਹਨੂੰ ਚੋਰ ਮੋਰ ਕਿਉਂਕਿ ਮੈਂ ਬਾਰ ਬਾਰ ਇਹਨਾਂ ਨੂੰ ਲੈਟਰ ਲਿਖੇ ਨੇ ਕਿ ਜੀ ਇਹਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ 'ਚ ਵਾਧਾ ਕੀਤਾ ਜਾਵੇ ਧਾਰਾਵਾਂ 'ਚ ਵਾਧਾ ਕੀਤਾ ਜਾਵੇ ਇਹਨਾਂ ਨੇ ਚੋਰ ਮੋਰੀ ਦਿੱਤੀ ਕੀਤੀ ਪਹਿਲੀ ਗੱਲ ਤਾਂ ਜਦੋਂ ਜਮਾਨਤ ਲਈ ਨੇ ਐਪਲੀਕੇਸ਼ਨ ਦਿੱਤੀ ਆ ਦੋ ਵਾਰ ਆਈ ਓ ਸਾਹਿਬ ਪਹਿਲੀ ਵਾਰ ਰਿਕਾਰਡ ਲੈ ਕੇ ਪੇਸ਼ ਨਹੀਂ ਹੋਏ ਦੂਜੀ ਵਾਰ ਜਦੋਂ ਰਿਕਾਰਡ ਲੈ ਕੇ ਪੇਸ਼ ਹੋਏ ਨੇ ਅਦਾਲਤ ਦੇ ਵਿੱਚ ਇਹਦੀ ਜਮਾਨਤੀ ਡੇਟ ਦੇ ਵਿੱਚ ਤਾਂ ਉਹ ਕਿਸੇ ਹੋਰ ਦੀ ਲੈ ਗਏ ਮੈਂ ਇੱਕ ਬੇਕਸੂਰ ਆ ਸਜ਼ਾ ਤਾਂ ਮੈਂ ਭੁਗਤ ਰਿਹਾ ਮੇਰਾ ਬੇਟਾ ਉਸ ਦੌਰਾਨ ਮੇਰਾ ਬੇਟਾ 12 ਸਾਲਾਂ ਦਾ ਮੈਡੀਕਲੀ ਉਹ ਔਰ ਡਿਸੇਬਿਲਟੀ ਆ ਉਹ ਮੈਡੀਕਲੀ ਮੈਂਟਲੀ ਔਰ ਰਿਟਾਇਰ ਆ 100% ਮੈਂਟਲੀ ਔਰ ਫਿਜ਼ੀਕਲੀ ਰਿਟਾਇਰ ਆ ਉਹਦੀ ਫਿੰਗਰ ਵੀ ਸਾਨੂੰ ਮੂਵ ਕਰਨੀ ਪੈਂਦੀ ਹੱਥ ਨਾਲ ਉਹ ਆਪਣੇ ਹੱਥ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਉਹ ਟੋਟਲੀ ਸਾਡੇ ਤੇ ਡਿਪੈਂਡ ਆ ਮਦਰ ਫਾਦਰ ਮੇਰੇ ਹਾਰਟ ਪੇਸ਼ੈਂਟ ਨੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇੱਕ ਫੌਜੀ ਜੋ ਦੇਸ਼ ਦੀ ਸੇਵਾ ਕਰ ਰਿਹਾ ਔਰ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਉਹ ਬੈਠਾ ਅੰਡੇਮਾਨ ਨਿਕੋਬਾਰ ਦੇ ਵਿੱਚ ਔਰ ਉੱਥੇ ਸੇਵਾ ਕਰ ਰਿਹਾ ਔਰ ਉਹਨਾਂ ਦੇ ਵੱਲੋਂ ਅਪਰੋਚ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕਿ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਫੈਮਿਲੀ ਨੂੰ ਔਰ ਨਿੱਜੀ ਤੌਰ 'ਤੇ ਕਹਿੰਦੇ ਕਿ ਮੈਂ ਵਰਦੀ ਦੇ ਵਿੱਚ ਫੌਜੀ ਹਾਂ ਔਰ ਫੌਜ ਦੀ ਵਰਦੀ ਦੇ ਵਿੱਚ ਵੀ ਜਾ ਕੇ ਅਫਸਰਾਂ ਦੇ ਸਾਹਮਣੇ ਪੇਸ਼ ਹੋ ਗਿਆ ਇੱਥੋਂ ਤੱਕ ਕਿ ਵੱਡੇ ਵੱਡੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਤੱਕ ਉਹਨਾਂ ਨੇ ਕਿਹਾ ਸਿੱਧੇ ਤੌਰ 'ਤੇ ਕਿ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਅਬਦੁਲ ਸਤਾਰ ਮਲੇਰਕੋਟਲਾ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪਰਿਵਾਰ ਇੱਥੇ ਰਹਿੰਦਾ ਆਪ ਅੰਡੇਮਾਨ ਨਿਕੋਬਾਰ ਦੇ ਵਿੱਚ ਨੌਕਰੀ ਕਰਦੇ ਆ ਫੌਜੀ ਨੇ ਔਰ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਲਾਈਵ ਅੰਡੇਮਾਨ ਨਿਕੋਬਾਰ ਤੋਂ ਗੱਲਬਾਤ ਇਹਨਾਂ ਨਾਲ ਕਰਦੇ ਕਿ ਆਖਿਰ ਮਸਲਾ ਕੀ ਹੈ ਇੰਨੀਆਂ ਚਿੱਠੀਆਂ ਲਿਖੀਆਂ ਇੰਨੇ ਲੈਟਰ ਦਿੱਤੇ ਆ ਪੂਰਾ ਮਸਲਾ ਕੀ ਹੈ ਅਬਦੁਲ ਜੀ ਸੁਣ ਪਾ ਰਹੇ ਤੁਸੀਂ ਆਵਾਜ਼ ਮੇਰੀ ਹਾਂਜੀ ਸਰ ਹਾਂਜੀ ਸਰ ਜੀ ਅਬਦੁਲ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿ ਮਸਲਾ ਪੂਰਾ ਕੀ ਹੈ ਇੱਕ ਕਹਾਣੀ ਕੀ ਹੈ ਕਿਹੜੀ ਵਜ੍ਹਾ ਕਰਕੇ ਤੁਸੀਂ ਲਗਾਤਾਰ ਕਈ ਵੀਡੀਓਜ਼ ਵੀ ਤੁਹਾਡੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਸੀਗੇ ਕਿ ਤੁਸੀਂ ਕੋਈ ਆਪਣਾ ਦੁਖੜਾ ਸੁਣਾ ਰਹੇ ਸੀ ਪੂਰਾ ਮਸਲਾ ਕੀ ਹੈ ਤੁਹਾਡਾ ਸਭ ਤੋਂ ਪਹਿਲਾਂ ਮੇਰੇ ਜਿਹੜੇ ਭੈਣ ਭਰਾ ਪ੍ਰੋ ਪੰਜਾਬ ਟੀਵੀ ਦੇਖ ਰਹੇ ਨੇ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਰਾਮ ਰਾਮ ਸਾਰਿਆਂ ਨੂੰ ਜੀ ਮੇਰੇ ਵੱਲੋਂ ਜੈ ਹਿੰਦ ਤੇ ਜੀ ਮੇਰਾ ਮਸਲਾ ਇਹ ਆ ਸਰ ਕਿ ਇੱਕ ਬੰਦਾ ਮੇਰਾ ਇੱਕ ਪਲਾਟ ਹੈ ਮੈਂ ਤਾਂ ਰਹਿਣ ਵਾਲਾ ਮੰਡੀ ਐਵੇਂ ਮੇਰਾ ਪਿੰਡ ਹੈਗਾ ਪਿੰਡ ਦੇ ਡਾਕਘਰ ਪਖਵਾਲ ਜ਼ਿਲ੍ਹਾ ਲੁਧਿਆਣਾ ਮੇਰੇ ਫਾਦਰ ਸਾਹਿਬ ਨੇ 1979 ਵਿੱਚ ਇੱਕ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਮੰਡੀ ਅਹਿਮਦਗੜ੍ਹ ਤਹਿਸੀਲ ਪੈਂਦੀ ਆ ਉਸੇ ਸਿਟੀ ਦੇ ਵਿੱਚ ਦਿੱਲੀ ਰੋਡ ਦੇ ਉੱਤੇ 1979 'ਚ ਇੱਕ ਪਲਾਟ ਖਰੀਦਿਆ ਸੀ ਜਿਹਦੀ ਮਤਲਬ ਕਿ ਉਹ ਹੈਗਾ 1300 ਗਜ 26 ਵਿਸਵੇ ਇੱਕ ਵਿਘਾ 6 ਵਿਸਵੇ ਸੀ ਅਤੇ ਉਹ ਫਾਦਰ ਸਾਹਿਬ ਨੇ ਮੇਰੇ ਜਦੋਂ ਖਰੀਦਿਆ ਸੀ ਅੱਧਾ ਹੀ ਰਜਿਸਟਰੀ ਮੇਰੇ ਤਾਇਆ ਜੀ ਦੇ ਨਾਮ ਲਗਾਤੀ ਸੀ ਤਾਇਆ ਜੀ ਦੇ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਪੋਸਟਾਂ ਨੇ ਅੱਗੇ ਦੀ ਅੱਗੇ ਤਾਇਆ ਜੀ ਦੀ ਬੇਟੀ ਦੇ ਨਾਮ ਹੋ ਗਿਆ ਬੇਟੀ ਦੀ ਤਾਇਆ ਜੀ ਦੀ ਬੇਟੀ ਦੀ ਡੈਥ ਤੋਂ ਬਾਅਦ ਉਹਨਾਂ ਦੇ ਦੋਤਾ ਅਤੇ ਦੋਤੀ ਦੇ ਨਾਮ 'ਤੇ ਹੋ ਗਿਆ ਹੁਣ ਮਸਲਾ ਇਹ ਆ ਜੀ ਇਹਦੇ ਵਿੱਚ ਇੱਕ ਸਦਾਗਰ ਮੁਹੰਮਦ ਰਹਿਣ ਵਾਲਾ ਉੱਥੇ ਦਲੀਜ ਰੋਡ ਦਾ ਹੀ ਆ ਅਤੇ ਇਸ ਬੰਦੇ ਨੇ ਜੀ ਕੀ ਕੀਤਾ ਇੱਕ ਪਟੀਸ਼ਨ ਪਾਈ ਆ ਮਾਣਯੋਗ ਅਦਾਲਤ ਦੇ ਵਿੱਚ ਜਿੰਦਰਪਾਲ ਸਿੰਘ ਜੀ ਪੀ ਸੀ ਐਸ ਸੀ ਜੇ ਜੇ ਡੀ ਕਮ ਜੇ ਐਮ ਆਈ ਸੀ ਮਲੇਰਕੋਟਲਾ ਦੀ ਅਦਾਲਤ ਦੇ ਵਿੱਚ 31 ਮਈ ਨੂੰ ਇਹਨੇ ਪਾਈ ਸੀਗੀ ਜੀ ਪਟੀਸ਼ਨ ਕਿ ਮੈਨੂੰ ਇਹ ਪਲਾਟ ਆ ਜਿਹੜਾ ਇਹ ਗਿਫਟ ਮਿਲਿਆ ਹੋਇਆ ਤੇ ਇਸ ਤੇ ਮੈਨੂੰ ਸਟੇਅ ਦਿੱਤੀ ਜਾਵੇ ਤੇ ਉਹਦੇ ਵਿੱਚ ਇਹਨੇ ਜੋ ਆਪਣਾ ਬਿਆਨ ਦਿੱਤਾ ਕੋਰਟ ਦੇ ਵਿੱਚ ਉਹਦੇ ਵਿੱਚ ਇਹਨੇ ਕਿਹਾ ਕਿ ਮੈਨੂੰ ਮੂੰਹ ਜਵਾਨੀ ਇਹ ਗਿਫਟ ਹੋਇਆ ਪਹਿਲੀ ਗੱਲ ਤਾਂ ਇਹ ਹੈ ਕਿ ਮੂੰਹ ਜਵਾਨੀ ਦੀ ਸਾਡੇ ਦੇਸ਼ ਵਿੱਚ ਮਾਨਤਾ ਨਹੀਂ ਠੀਕ ਹੈ ਜੀ ਉਹਦੇ ਵਿੱਚ ਮੂੰਹ ਜਵਾਨੀ ਕਹਿ ਰਿਹਾ ਤੇ ਜਿਹੜੇ ਗਵਾਹ ਵੀ ਦੇ ਰਹੇ ਇਹਨੇ ਦੋ ਗਵਾਹ ਖੜੇ ਕੀਤੇ ਉਹ ਵੀ ਇਹਦੇ ਆਪਦੇ ਮਤਲਬ ਕਿ ਨੌਕਰ ਨੇ ਜਿਹੜੇ ਇਹਦੀ ਫੈਕਟਰੀ ਵਿੱਚ ਕੰਮ ਕਰਦੇ ਨੇ ਕਰਿੰਦੇ ਨੇ ਪਰ
ਅਦਰ ਅਗਰ ਇਹ ਜੀ ਗਿਫਟ ਹੁੰਦੀ ਹੈ ਤਾਂ ਦੋਵੇਂ ਪਾਸਿਓਂ ਗਵਾਹ ਇਕੱਠੇ ਹੁੰਦੇ ਨੇ ਤੇ ਬਕਾਇਦਾ ਇਹਦੀ ਰਜਿਸਟਰਾਰ ਦੇ ਵਿੱਚ ਜਾ ਕੇ ਰਜਿਸਟਰਾਰ ਆਫਿਸ ਦੇ ਵਿੱਚ ਜਾ ਕੇ ਰਜਿਸਟਰੀ ਹੁੰਦੀ ਆ ਜੋ ਅਕੋਰਡਿੰਗ ਰੂਲ ਆ ਇੰਡੀਆ ਦਾ ਕਾਨੂੰਨ ਕਹਿੰਦਾ ਜਾਂ ਸੰਵਿਧਾਨ ਕਹਿੰਦਾ ਉਹਦੇ ਮੁਤਾਬਕ। ਹੁਣ ਇਹ ਬੰਦੇ ਨੇ ਕੀ ਕੀਤਾ 31 ਮਹੀਨੇ ਤੱਕ ਦਾਵਾ ਕੀਤਾ ਤੇ ਮੂੰਹ ਜਵਾਨੀ ਹੋਣ ਦਾ ਗਿਫਟ ਹੋਣ ਦਾ ਦਾਵਾ ਕੀਤਾ ਨੇ ਸਾਫ਼ ਲਿਖਿਆ ਨੇ। 31 ਮਈ ਨੂੰ ਮਾਨਯੋਗ ਅਦਾਲਤ ਜੋ ਜੱਜ ਜਿੰਦਰਪਾਲ ਸਿੰਘ ਜੀ ਨੇ ਸਰ ਨੇ ਉਹਨਾਂ ਨੇ ਇਹਦੀ ਸੁਣਵਾਈ ਲਈ ਵੀ ਅਸੀਂ ਦੂਜੀ ਜਿਹੜੀ ਧਾਰਾ ਉਹਦੀ ਵੀ ਅਸੀਂ ਸੁਣਾਂਗੇ ਉਹਨਾਂ ਦਾ ਪੱਖ ਸੁਣਾਂਗੇ ਉਹਦੇ ਲਈ ਉਹਨਾਂ ਨੇ ਅਗਲੀ ਜਿਹੜੀ ਤਾਰੀਖ ਨਿਰਧਾਰਿਤ ਕੀਤੀ ਸੀ 3 ਅਗਸਤ 2023। ਇਹ ਬੰਦੇ ਨੇ ਉਹਦੀ ਵੇਟ ਨਹੀਂ ਕੀਤੀ ਆਪਣੀ ਮਰਜ਼ੀ ਨਾਲ ਇੱਕ ਚਿੱਠੀ ਲਿਖੀ ਤਹਿਸੀਲਦਾਰ ਨੂੰ ਪਟਵਾਰੀ ਤੇ ਤਹਿਸੀਲਦਾਰ ਮਿਲਾਪ ਕਰਕੇ ਉਹਨਾਂ ਨਾਲ ਜੋ ਵੀ ਇਹਨਾਂ ਨੇ ਰਿਸ਼ਵਤ ਦਿੱਤੀ ਆ ਕਿਉਂਕਿ ਬਿਨਾਂ ਰਿਸ਼ਵਤ ਤੋਂ ਇਹ ਕੰਮ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਦੋ ਦੋ ਮਨਘੜਤ ਤਰੀਕਾਂ ਚੜੀਆਂ ਨੇ। ਹੁਣ ਇਹਨੇ 8 ਜੂਨ ਨੂੰ ਤਰੀਕ ਦਿੱਤੀ ਹੈ, 8 ਜੂਨ ਨੂੰ ਦਿੱਤੀ ਸੀ ਚਿੱਠੀ ਕਿ ਮੈਨੂੰ ਸਟੇ ਮਿਲ ਗਈ ਤੇ ਤਹਿਸੀਲਦਾਰ ਪਟਵਾਰੀ ਨੇ ਕੀ ਕੀਤਾ ਜੀ ਆਪਣੇ ਕੋਲੋਂ ਇੱਕ ਮਨਘੜਤ ਆਰਡਰ ਬਣਾ ਲਿਆ, ਨਾ ਤਾਂ ਇਹਦੇ ਵਿੱਚ 31 ਮਈ ਦਾ ਜ਼ਿਕਰ ਆ, ਨਾ ਇਹਦੇ ਵਿੱਚ ਉਹਦੇ ਵੱਲੋਂ ਦਿੱਤੀ ਤਰੀਕ 8 ਜੂਨ ਦਾ ਜ਼ਿਕਰ ਆ, ਨਾ ਅਦਾਲਤ ਵੱਲੋਂ ਅਗਲੀ ਜਿਹੜੀ ਦਿੱਤੀ ਨਿਰਧਾਰਿਤ ਕੀਤੀ ਗਈ ਆ ਸੁਣਵਾਈ ਲਈ ਤਰੀਕ 3 ਅਗਸਤ ਦਾ ਕੋਈ ਜ਼ਿਕਰ ਆ। ਇਹਨਾਂ ਨੇ ਆਪਦੇ ਕੋਲੋਂ ਹੀ ਮਨਘੜਤ ਇੱਕ ਅਦਾਲਤੀ ਹੁਕਮ ਬਣਾ ਤਾ ਜੀ, ਬਰੂਏ ਰੈਪਟ ਨੰਬਰ 492 ਅਦਾਲਤੀ ਹੁਕਮ ਮਿਤੀ 21 ਜੂਨ 2023 ਰਾਹੀਂ ਬਾ ਹੁਕਮ ਮਾ ਅਦਾਲਤ ਸ੍ਰੀ ਜਿੰਦਰਪਾਲ ਸਿੰਘ PCS GJJD ਕਮ JMIC ਮਲੇਰਕੋਟਲਾ ਜੀ ਦੇ ਹੁਕਮਾਂ ਅਨੁਸਾਰ ਇਸ ਪਲਾਟ ਤੇ ਫਰਦ ਤੇ ਇਹ ਦਰਜ ਕੀਤੀ ਜਾਂਦੀ ਆ। ਹੁਣ ਇੱਕ ਸੋਚਣ ਵਾਲੀ ਗੱਲ ਆ, ਇੱਕ ਜੱਜ ਸਾਹਿਬ ਦਾ ਇੱਕ ਮਾਮੂਲੀ ਗੱਲ ਨਹੀਂ, ਇੱਕ ਜੱਜ ਸਾਹਿਬ ਦਾ ਨਾਮ ਵਰਤਿਆ ਇਹਨਾਂ ਨੇ ਤੇ ਤਹਿਸੀਲਦਾਰ ਸਾਹਿਬ ਇੱਕ ਗਜ਼ਟਡ ਅਫਸਰ ਨੇ, ਪਟਵਾਰੀ ਇੱਕ ਸਰਕਾਰੀ ਮੁਲਾਜ਼ਮ ਆ ਤੇ ਇਸ ਤਰ੍ਹਾਂ ਇੱਕ ਐਡੀ ਵੱਡੀ ਪਾਵਰ ਦਾ ਨਾਮ ਮਿਸਯੂਜ਼ ਕਰਕੇ ਧੋਖਾਧੜੀ ਕਰਕੇ ਸਰਕਾਰੀ ਰਿਕਾਰਡ ਦੇ ਵਿੱਚ ਫੇਰ ਬਦਲ ਕਰ ਦੇਣਾ ਇੱਕ ਛੋਟਾ ਮੋਟਾ ਕ੍ਰਾਈਮ। ਸਭ ਤੋਂ ਪਹਿਲਾਂ ਇਹ ਮੇਰਾ ਇੱਕ ਪਰਸਨਲ ਮੈਟਰ ਤਾਂ ਜਿਹੜਾ ਹੈ, ਇਸ ਤੋਂ ਪਹਿਲਾਂ ਇਹ ਵੀ ਬਣਦਾ ਕਿ ਮੇਰੇ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ਼ ਇਹ ਬਣਦਾ ਕਿ ਅਗਰ ਕੋਈ ਕੋਈ ਸਰਕਾਰੀ ਹੁਕਮਾਂ ਨੂੰ ਤੋੜ ਮਰੋੜ ਕੇ ਜਾਂ ਸਰਕਾਰੀ ਰਿਕਾਰਡ ਨੂੰ ਖਰਾਬ ਕਰੇ ਤਾਂ ਮੇਰਾ ਪਹਿਲਾ ਫਰਜ਼ ਬਣਦਾ ਇੱਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਕਿ ਮੈਂ ਉਹਨੂੰ ਪ੍ਰਸ਼ਾਸਨ ਦੀ ਨੌਲੇਜ 'ਚ ਲਿਆਵਾਂ, ਵਿਭਾਗ ਦੀ ਨੌਲੇਜ 'ਚ ਲਿਆਵਾਂ। ਜਦੋਂ ਮੈਂ ਇਹ ਮਾਨਯੋਗ ਇਹਦੇ ਲਈ ਕੰਪਲੇਂਟਾਂ ਦਿੱਤੀਆਂ ਆਪਣੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਜੀ ਨੂੰ ਜੋ ਜਗਰਾਓ ਤੋਂ ਬਦਲ ਕੇ ਇਸ ਟਾਈਮ ਮੰਡੀ ਅਹਿਮਦਗੜ੍ਹ ਆਏ ਆ, ਉਹਨਾਂ ਨੇ ਤਾਂ ਮੇਰੀ ਐਪਲੀਕੇਸ਼ਨ ਫੜਨ ਤੋਂ ਹੀ ਮਨਾ ਕਰਤਾ, ਕਹਿੰਦਾ ਜਾ ਜੋ ਕਰਨਾ ਕਰਲਾ ਨਹੀਂ ਹੁੰਦਾ। ਠੀਕ ਹੈ ਜੀ, ਮੈਂ ਜਾਂ ਪੁਲਿਸ ਕੋਲ ਜਾਓ, ਅਸੀਂ ਕੋਈ ਕਾਰਵਾਈ ਨਹੀਂ ਕਰਦੇ, ਮੇਰੀ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਦੂਜੀ ਗੱਲ, ਇਹਨਾਂ ਨੇ ਡਰ ਕੇ ਕੀ ਕੀਤਾ ਸੀ ਜੀ, 21 ਜੂਨ ਨੂੰ ਇੱਕ ਹੋਰ ਮਨਘੜਤ ਆਰਡਰ ਜਾਰੀ ਕਰਤਾ ਜੀ, ਇੱਕ ਹੋਰ ਮਨਘੜਤ ਆਰਡਰ ਚੜਾਤਾ ਡਰ ਕੇ ਕਿ ਹੁਣ ਅਸੀਂ ਫਸ ਰਹੇ ਹਾਂ ਤੇ ਫੌਜੀ ਬੰਦਾ ਜਿਹੜੇ ਹਿਸਾਬ ਨਾਲ ਸਾਡੇ ਨਾਲ ਗੱਲ ਕਰਕੇ ਗਿਆ ਇਹ ਕਾਨੂੰਨ ਜਾਣਦਾ ਤੇ ਸਾਨੂੰ ਇਹ ਡਬੋਊਗਾ। ਬਰੂਏ ਰੈਪਟ ਨੰਬਰ 516 ਰਾਹੀਂ ਇੱਕ ਹੋਰ ਜਾਲੀ ਇਹਨਾਂ ਨੇ ਅਦਾਲਤੀ ਹੁਕਮ ਬਣਾਤਾ 12 ਜੁਲਾਈ ਦਾ, ਪਹਿਲਾਂ 21 ਜੂਨ ਦਾ ਫਿਰ 12 ਜੁਲਾਈ ਦਾ ਕਿ ਅਸੀਂ ਬਰੂਏ ਰੈਪਟ ਨੰਬਰ ਜਿਹੜਾ 492 21 ਜੂਨ ਨੂੰ ਚੜਾਇਆ ਸੀ ਉਹ ਸਾਤੋਂ ਗਲਤੀ ਨਾਲ ਸਟੇ ਦਰਜ ਹੋ ਗਈ ਸੀ ਤੇ ਇਹਨੂੰ ਅਸੀਂ ਰੱਦ ਕਰਦੇ ਹਾਂ। ਹੁਣ ਦੇਖੋ ਜੀ, ਪਟਵਾਰੀ ਤੇ ਤਹਿਸੀਲਦਾਰ ਨੇ ਮਾਫੀ ਮੰਗ ਲਈ ਵੀ ਸਭ ਤੋਂ ਗਲਤੀ ਨਾਲ ਚੜ ਗਿਆ। ਹੁਣ ਜਿਹੜਾ ਅਕੋਰਡਿੰਗ ਰੂਲ ਆ, ਇੱਕ ਤਹਿਸੀਲਦਾਰ ਗਜ਼ਟਡ ਅਫਸਰ ਆ, ਇੱਕ ਸਰਕਾਰੀ ਮੁਲਾਜ਼ਮ ਆ, ਠੀਕ ਹੈ, ਉਹਨਾਂ ਤੋਂ ਗਲਤੀ ਨਾਲ ਚੜ ਗਿਆ, ਉਹਨਾਂ ਨੂੰ ਇਹ ਕਹਿੰਦੇ ਗਮਰਾਹ ਕਰਤਾ। ਇਹ ਬੰਦੇ ਨੇ ਸੁਦਾਗਰ ਮੁਹੰਮਦ ਨੇ ਕਹਿੰਦੇ ਸੀ ਗਮਰਾਹ ਕਰਤਾ, ਮੈਂ ਮੰਨ ਲਿਆ ਜੀ 1% ਨੇ ਗਮਰਾਹ ਕਰਤਾ, ਫਿਰ ਮੇਰੀ ਕੰਪਲੇਂਟ ਤੇ ਇਹਦੇ ਐਕਸ਼ਨ ਲੈ ਕੇ ਸਰਕਾਰੀ ਗਜ਼ਟਡ ਅਫਸਰ ਨੂੰ ਗਮਰਾਹ ਕਰਕੇ ਜੱਜ ਸਾਹਿਬ ਦਾ ਨਾਮ ਲੈ ਕੇ ਇਹ ਬੰਦੇ ਨੇ ਇੰਨੀ ਹੇਰ ਫੇਰ ਕਰਤੀ ਸਰਕਾਰੀ ਰਿਕਾਰਡ ਦੇ ਵਿੱਚ, ਇਹਦੇ ਤੇ ਫਿਰ 420 ਦਾ ਪਰਚਾ ਕਿਉਂ ਨਹੀਂ ਦਿੱਤਾ? ਇਹਦੇ ਤੇ ਜੋ ਅਕੋਰਡਿੰਗ ਰੂਲ ਆ 420, 468, 469, 471 ਔਰ 120 ਦੇ ਤਹਿਤ ਮਾਮਲਾ ਦਰਜ ਬਣਦਾ ਇਹਨਾਂ ਤਿੰਨਾਂ ਤੇ, ਕਿਉਂ ਨਹੀਂ ਕੀਤਾ ਜਾ ਰਿਹਾ? ਫਿਰ ਜੀ ਇਸ ਦੇ ਵਿੱਚ ਆਹ ਬੰਦਾ ਮੇਰੇ ਪਲਾਟ ਦੀਆਂ ਫੋਟੋਆਂ ਲਾ ਰਿਹਾ, ਇਹ ਸ਼ਟਰ ਬੰਦ ਦੀਆਂ ਲਾ ਰਿਹਾ, ਸ਼ਟਰ ਖੋਲ ਕੇ ਕਿਉਂ ਨਹੀਂ ਲਾਈਆਂ? ਕਿਉਂਕਿ ਚਾਬੀ ਸਾਡੇ ਕੋਲ ਆ ਜੀ, ਕਬਜ਼ਾ ਇਹਦੇ ਤੇ ਸਾਡਾ ਹੀ ਆ ਤੇ 1989 ਦੀ ਜਿਹੜੀ ਇਹਦੀ ਸਟੇ ਜੋ ਰਜਿਸਟਰੀ ਆ ਸਾਡੇ ਨਾਮ ਤੇ ਆ, ਫਰਦ ਸਾਡੇ ਨਾਮ ਤੇ ਆ, ਔਰ ਮੈਂ ਇਹ ਬੰਦਾ ਸਾਨੂੰ ਦੇਖੋ ਜੀ ਸਰਿਆਮ ਧਮਕਾ ਚੁੱਕਿਆ ਜੀ ਫੋਨ ਤੇ, ਇਹਨੇ ਕਿਹਾ ਜੀ 50,000 ਚ SSP ਮੈਂ ਖਰੀਦ ਰੱਖਿਆ, ਇਹ ਸਕਰੀਨ ਸ਼ੋਟ ਵਿਦ ਰਿਕਾਰਡ ਦਿੱਤੇ ਆ SSP ਸਾਹਿਬ ਨੂੰ ਵੀ, SHO ਸਾਹਿਬ SSP ਮਲੇਰਕੋਟਲਾ ਨੂੰ, ਇਹਦੇ ਵਿੱਚ ਕਹਿ ਰਹੇ ਪਿਸਟਲ ਨਾਲ ਗੋਲੀ ਮਾਰ ਦੂੰ ਤੁਹਾਨੂੰ, ਠੀਕ ਆ, ਤੇ ਪਿਸਟਲ ਲਈ ਆਲਰੇਡੀ ਇਹਦਾ ਜੋ ਅਪਲਾਈ ਕੀਤੀ ਹੋਈ ਐਪਲੀਕੇਸ਼ਨ ਮਾਨਯੋਗ ਜੋ ਇਸ ਟਾਈਮ DC ਸਾਹਿਬ ਨੇ ਉਹਨਾਂ ਦੇ ਕੋਲ ਮਤਲਬ ਕਿ ਬਣ ਲਈ ਗਿਆ ਹੋਇਆ, ਪੁਲਿਸ ਵੈਰੀਫਿਕੇਸ਼ਨ ਇਹਦੀ ਕਰਤੀ ਪੁਲਿਸ ਨੇ ਤੇ ਇਹ ਇੱਕ ਅੱਧੇ ਦਿਨ ਚ ਬਣ ਕੇ ਸ਼ਾਇਦ ਇਹਨੂੰ ਇਸ਼ੂ ਹੋ ਜੂਗਾ ਲਾਇਸੈਂਸ, ਕੁਛ ਵੀ ਖਤਰਨਾਕ ਅਖਤਿਆਰ ਰੂਪ ਅਖਤਿਆਰ ਕਰ ਸਕਦਾ ਬੰਦਾ।
उस तो बाद जी ये कहना पोस्ता मैं जेब च रख के घूमना, चलो जी ठीक है हो सकता हूँ, पर लगता भी है मैं, क्योंकि मैं 2-3 महीने हो गए चीजा के चक्कर करते हैं। डीसी साहब जी ने अपना व्यू दिता जी, डॉक्टर बिल्कुल जी एक 420 का परचा किया इन्होंने 31 अगस्त को, क्यों ढिल वरती वरती गई है भी इन्हू चलो जमानत मिल जू, क्योंकि जो सरकारी रिकॉर्ड जो कोई धोखाधड़ी की है एक सरकारी अपने ज मानजोग जज साहब का नाम इस्तेमाल किया 460 जी धारा बनती आ जरूरी आ गैर जमानती है, वो जमानत नहीं होंगी, इन्होंने उन्होंने चोर मोरी दी एस एस पी साहब ने, मैं सरेआम कहना कि एस एस पी साहब उन्होंने चोर मोर, क्योंकि मैं बार बार इन्होंने लैटर लिखे ने कि जी ये धारावान ने उन्होंने वाधा किया जाए, धारावान वाधा किया जाए, इन्होंने चोर मोरी दी की पहली गल तो जो जमानत ली ने एप्लीकेशन दी आ दो बार आईओ साहब पहली बार रिकॉर्ड लैके पेश नहीं हुए, दूजी बार जो रिकॉर्ड लैके पेश हुए ने अदालत के जमानती डेट के किसी होर दी लै गए, कहते मोटरसाइकिल चोरी वाला गलती ना फाइल मेरे को मोटरसाइकिल चोरी वाले केस की आ गई, जी ये वाली केस की मैं भुल गया जिदी वजह इन्होंने ढिलेपन बंदे ने जमानत मिलनी। और उस तो बाद मेरी एप्लीकेशन से डीसी जेडे ने मलेरकोटला डॉक्टर कविता जी उन्होंने जवाब यह आया भी कोई एक्शन लेना बनता ही नहीं, भी पटवारी के तहसीलदार ने कहता इन्होंने फाइल कर फील करता केस, जबकि एक जज साहब का नाम इस्तेमाल करना 420 करना, मतलब मैं एक बेकसूर हाँ, सजा तो मैं भुगत रहा, मेरा बेटा उस दौरान मेरा बेटा 12 साल का मैडिकली और डिसेबिलिटी है, मैडिकली मेंटली और रिटायर आ 100% मैंटली और फिजिकली रिटायर आ, उसकी फिंगर भी सामने मूव करनी पैंती हाथ नाल, वो अपने हाथ अपनी मर्जी ना कुछ नहीं कर सकता, वो टोटली साडे ते डिपेंड आ, मदर फादर मेरे हार्ट पेशेंट ने, फादर मेरे ब्लाइंड ने, गोडिया की सर्जरी होनी सी 12 अगस्त को, वो इस बंदे की वजह इस प्रशासन की वजह मैं उन्होंने सर्जरी नहीं करा पाया, अपनी इस साल की छुट्टी इन्होंने चक्कर च पूरी खराब कर सके हैं चुके हैं, फाइनैंशली मेनू लॉस होया, फादर के जोड़े है शरीरिक लॉस होया मेरे फादर का बेटे का, मेरी वाइफ का ब्रदर इस देश लिए सौरिया चक्कर आ शहीद आ, यह भी मैं वर्दी च मिलया तहसीलदार साहब नूं भी डीसी साहब नूं भी एस एस पी साहब नूं भी, उन्होंने कोई मतलब नहीं, क्योंकि असी ना मैं सरेआम कहना चाहना साडिया सरकारां नूं साडे जिहड़े प्रशासनिक अधिकारी ने जां पुलिस डिपार्टमेंट के जिहड़े महकमे के विच अफसर ने उन्होंने साडिया डेड बॉडिया ही पसंद ने, जो असी शहीद होकर आने ना बार्डर तो वो इन्हों पसंद ने, जो असी सच्चे होकर कानून का दरवाजा खड़काने ना आपका हक मांगते हैं उदो असी इन्हों के दुश्मन हाँ, क्यों इन्हों खरीदे होने का जिहड़ा दावा करते हैं वो लोग जिहड़े इन्हों जेब च पाउण का दावा करते हैं, ये उन्होंने पैरी डगते ने, ये उन्होंने सेवा दे विच सरेआम कहने का मतलब हाजिर रहते हैं, हुण एक इन्ना कुछ होने के बाद रिकॉर्ड के बाद इन्होंने कोई कार्रवाई नहीं की, देखो आर टी आई के राही मैंने जो सबूत कढ़ाए ने अटैस्टड ने तहसीलदार वालों एग्जैक्टिव मजिस्ट्रेट वालों अटैस्टड ने, हाले भी की कोई कसर रह गई डीसी साहब को कार्रवाई करने की कि मैं बार बार रो रहा एक गस्टड जो तुम कहने चलो मान लिया भी गस्टड अफसर को गुमराह किया तो क्यों मतलब कोई भी तुहाडा नाम लैके साडे सरकारी रिकॉर्डां दी ऐसी तैसी फिर डीसी नूं मिले सी तुसीं मलेरकोटला डीसी नूं जी मलेरकोटला डीसी नूं मिले सी तुसीं हां जी बिल्कुल मिले जी मेरी कल फोन ते गल हुई आ उस तो बाद एक चीज होर है सारे रिकॉर्ड होने के बावजूद भी इन्होंने मेरा पक्ष नहीं जाने एक हम मैं मैं गुड न्यूज मिली है जो अच्छा लगे मैं जरूर मैं दस दिना समन आया मैं हाई कोर्ट वालों मैं भी समन आया पर मैं हजे तक पहुंचे नहीं किसी बंद ने भेजे मैं कि बई समन आ जो भी ये सौदागर मुहम्मद के वकील साहब ने उन्हों का नाम है जी केस नंबर इन्हें जो फाइल किया हाई कोर्ट के मानजोग हाई कोर्ट अदालत के CRWP नंबर 8615/2023 मुहम्मद जूसफी इन्हों के वकील ने मुहम्मद सौदागर मुहम्मद जी जो 420 वाला बंदा धोखाधड़ी वाला वह वकील ने मुहम्मद यूसफ जी P952/1998 एडवोकेट ने इन्हों का नंबर ऑफ रोल है मसला दसो इन्होंने की समन क्यों भेजे की वजह की है इस समन ने कहा भी सानू इन्हें जो अब्दुल स्टार आ मेरे फादर तो तुम दसिया भी हार्ट पेशेंट ने उन्हें यह लिखा भी मैनू इन्होंने डैथ थ्रैट दिते आ अब्दुल स्टार ने डैथ थ्रैट दिते आ अकॉर्डिंगली जे मेरा लोकेशन कढ़िया जाए उस दिन मोबाइल का और मेरे CCTV मैं मंग करता CCTV फोटो चेक हो लुधियाने के ये 7:40 का टाइम दस रहा कि 7:40 मैं मंडी अहमदगढ़ अब्दुल स्टार के उसके फादर ने एक शेर सिंह का दोस्त आ भी उन्हें सानू डैथ थ्रैट दिते ने ठीक है जी हुण इहदी तां हर एक चीज नूं जो इहने बोलती उहनूं मन लैंदी आ सरकार भी मन रही आ जां प्रशासन मन रहा असीं तां रिकॉर्ड दित्ता भी इहने धमकियां दित्तियां जी मोबाइल ते उहदे नाल भी साडी गल नूं इहनां ने इगनोर कीता मन्निया नहीं गया उह चीज़ नूं रिकॉर्ड देण दे बाद भी प्रशासन जाग नहीं रहा इह बंदे ने इन्ना कहता इहदी चलो कोर्ट दे विच तां चलो सुनवाई होनी चाहीदी आ ते कोर्ट चलिया गया मन लिया पर हुण इक चीज़ सोचण दी गल आ भी मैं मेरी
7 तरीक की फ्लाइट सी, मैं तकरीबन घरों पखवाल मेरा 15-20 किलोमीटर आ मंडी अहमदगढ़ तो, साढ़े अठ बजे मैं जाके घरे समान पैक करके 8:30 बजे मैं मूव कर गया लुधियाने रेलवे स्टेशन। हुण इहदे विच किन्ना कोरा झूठ बंदे ने बोलता, और वैसे वधिया कीता, मैं मानदा वी 5 अगस्त की जो उहने डेट पाई आ टाइम पाया मेरे फेवर च पाता बहुत वधिया। दूजी गल जी, जिहड़ा ने हुण भी हाई कोर्ट च बयान दिता उहदे अकॉर्डिंग अपनी एज 41 साल दस रहा, पर इहदी जिहड़ी उम्र आ उह 42 साल 8 महीने बनदी आ। ਜਿਹੜਾ ਬੰਦਾ ਆਪਦਾ ਨੌ ਆਪਦੀ ਸਹੀ ਉਮਰ ਨਹੀਂ ਦੱਸ ਸਕਦਾ ਆਧਾਰ ਕਾਰਡ ਪ੍ਰੂਫ ਲਾ ਕੇ ਕਿ ਮੇਰੀ ਉਮਰ ਇੰਨੀ ਆ ਆਧਾਰ ਕਾਰਡ ਦੇ, ਮਤਲਬ ਮੈਨੂੰ ਦੱਸੋ ਕਿ ਸਰਕਾਰ ਤੋਂ ਕੀ ਚਾਹੁੰਦੇ ਹੋ, ਜੇ ਪੰਜਾਬ ਸਰਕਾਰ ਕੀ ਕਰੇ, ਕੀ ਕਰਨਾ ਚਾਹੀਦਾ, ਕੀ ਤੁਹਾਡੀ ਫੇਵਰ ਹੋ ਸਕਦੀ ਹੈ, ਜਾਂ ਮਸਲੇ ਦਾ ਹੱਲ ਕੀ ਨਿਕਲ ਸਕਦਾ? ਫੇਵਰ ਨਾ ਵੀ ਕਿਸੇ ਦੀ ਚਲੋ ਹੋਵੇ ਤਾਂ ਮਸਲੇ ਦਾ ਹੱਲ ਕੀ ਨਿਕਲ ਸਕਦਾ? ਸਰ ਮਸਲੇ ਦਾ ਹੱਲ ਇਹ ਆ ਕਿ ਸਰਕਾਰੀ ਰਿਕਾਰਡ ਖਰਾਬ ਹੋਇਆ, ਉਹਦੇ ਪ੍ਰੂਫ ਨੇ, ਅਟੈਸਟਡ ਪ੍ਰੂਫ ਨੇ, ਤਹਿਸੀਲਦਾਰ ਪਟਵਾਰੀ ਮੰਨ ਚੁੱਕੇ ਨੇ, ਤੇ ਕਿਸ ਚੀਜ਼ ਦੀ ਵੇਟ ਕਰਦੀ ਹੈ ਕਿ ਕਰ ਰਹੇ ਨੇ ਪ੍ਰਸ਼ਾਸਨ ਇਹਦੇ ਉੱਤੇ ਕਾਰਵਾਈ ਕਰਨ ਨੂੰ, ਪੁਲਿਸ ਪ੍ਰਸ਼ਾਸਨ ਤੇ DC ਸਾਹਿਬ ਇਹਦੇ ਤੇ ਕਾਰਵਾਈ ਕਰਨ ਨੂੰ, ਸਖ਼ਤ ਕਾਰਵਾਈ ਕਰਨ ਨੂੰ? ਕਿਸ ਚੀਜ਼ ਦੀ ਵੇਟ ਕਰਦੇ ਆ ਕਿ ਕੋਈ ਵੱਡੇ ਹਾਦਸੇ ਨੂੰ ਅੰਜਾਮ ਦੇਵੇ? ਜਿਵੇਂ ਇਹਨੇ ਮੈਨੂੰ ਮੈਸੇਜ ਭੇਜੇ ਨੇ ਗੋਲੀ ਮਾਰਨ ਦੇ, ਵੀ ਜਦੋਂ ਗੋਲੀ ਮਾਰੂ ਮੇਰੇ ਪਰਿਵਾਰ ਨੂੰ ਕੀ ਪ੍ਰਸ਼ਾਸਨ ਉਦੋਂ ਜਾਗੂਗਾ? ਮੇਰੀ ਸਿਰਫ ਇਹ ਮੰਗ ਆ ਕਿ ਜੋ ਕਾਨੂੰਨ ਦਾ ਬਲਾਤਕਾਰ ਕਰਕੇ ਸਰੇਆਮ ਧਮਕੀਆਂ ਦੇ ਰਿਹਾ ਇਹ ਬੰਦੇ ਲਈ ਕੁਛ ਕਰਨਾ ਚਾਹੀਦਾ ਜੀ। ਮੈਂ ਹਰ ਇੱਕ ਚਿੱਠੀ 'ਚ ਲਿਖਿਆ ਜਿੱਥੇ ਮੈਂ ਕਸੂਰਵਾਰ ਆ, ਅਗਰ ਜਾਂਚ 'ਚ ਮੈਂ ਦੋਸ਼ੀ ਪਾਇਆ ਜਾਂਦਾ ਮੈਨੂੰ ਮੇਰੀ ਨੌਕਰੀ ਵੀ ਜਾਊਗੀ, ਜੋ ਸਜ਼ਾ ਮੈਨੂੰ ਦਿਓਗੇ ਮੈਨੂੰ ਮਨਜ਼ੂਰ ਆ। ਹੁਣ ਵੀ ਹੋ ਸਕਦਾ ਮੈਂ ਮੀਡੀਆ ਦੇ ਸਾਹਮਣੇ ਆਇਆ, ਪਰ ਤੁਹਾਡੇ ਤੇ ਐਕਸ਼ਨ ਹੋ ਸਕਦਾ ਹੈ। ਇਹ ਜਿਹੜਾ ਤੁਸੀਂ ਕਰ ਰਹੇ ਹੋ, ਤੁਸੀਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਵੀ ਤੁਹਾਡੇ ਵੀਡੀਓ ਆਏ ਆ ਸਾਹਮਣੇ, ਇਸ ਤਰੀਕੇ ਦੇ ਨਾਲ ਤਾਂ ਤੁਹਾਡੇ ਤੇ ਐਕਸ਼ਨ ਵੀ ਹੋ ਸਕਦਾ? ਜੇ ਐਕਸ਼ਨ ਹੋਇਆ ਮੇਰੇ ਤੇ ਐਕਸ਼ਨ ਹੁੰਦਾ ਤਾਂ ਮੈਂ ਚਾਹੁੰਦਾ ਕਿ ਮੈਂ ਮਜਬੂਰ ਕੀਤਾ, ਮੈਨੂੰ DC ਸਾਹਿਬ ਨੇ, SSP ਸਾਹਿਬ ਨੇ, ਮੈਂ ਚਾਹੁੰਦਾ ਇਹਨਾਂ ਤੇ ਜੋ ਕਾਰਵਾਈ ਮੈਨੂੰ, ਅਗਰ ਮੈਨੂੰ ਜੋ ਸਰਕਾਰੀ ਡਿਪਾਰਟਮੈਂਟ ਮੇਰੇ ਤੇ ਕਰੂਗਾ ਨਾ, ਤਾਂ ਪਹਿਲਾਂ ਇਹਨਾਂ ਤੇ ਹੋਣੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਮਜਬੂਰ ਕੀਤਾ ਮੈਨੂੰ, ਕਿਉਂਕਿ ਮੇਰੇ ਕੱਲ ਬੱਚੀ ਦਾ ਕਤਲ ਹੋ ਜਾਏ, ਮੇਰੇ ਮਾਂ ਬਾਪ ਮੇਰੇ ਪਿੱਛੇ ਨੇ, ਉਹਨਾਂ ਦੇ ਕੋਲ ਸਾਂਭਣ ਵਾਲਾ ਨਹੀਂ, ਫਾਦਰ ਮੇਰੇ ਬਲਾਈਂਡ ਨੇ, ਉਹਨਾਂ ਨੂੰ ਮਾਰ ਦੂੰ, ਮੇਰੇ ਪਿੱਛੇ ਕੌਣ ਆ ਜੀ? ਮਜਬੂਰੀ ਨੂੰ, ਠੀਕ ਹੈ, ਮੈਨੂੰ ਤਾਂ ਮੀਡੀਆ ਦੇ ਸਾਹਮਣੇ ਆਉਣਾ ਪਿਆ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਅਬਦੁਲ ਜੀ, ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਔਰ ਨਿਆਂ ਮਿਲ ਸਕੇ, ਜੋ ਵੀ ਮਸਲਾ ਉਹ ਹੱਲ ਹੋ ਸਕੇ। ਤਾਂ ਅਬਦੁਲ ਸਤਾਰ ਫੌਜੀ ਨੇ, ਦੇਸ਼ ਦੀ ਸੇਵਾ ਕਰ ਰਹੇ ਆ, ਔਰ ਇਹ ਮੰਗ ਕਰ ਰਹੇ ਕਿ ਸਾਡੀ ਸੁਣਵਾਈ ਹੋਵੇ, DC ਔਰ SSP ਸੁਣਵਾਈ ਕਰਨ, ਔਰ ਜਿਹੜਾ ਬੰਦਾ ਧਮਕੀਆਂ ਦੇ ਰਿਹਾ ਉਹਦੇ ਖਿਲਾਫ਼ ਐਕਸ਼ਨ ਹੋਣਾ ਚਾਹੀਦਾ।